ਨਾਲੇ ਵਾਹ ਜਾਣ ਵਾਸਤੇ ਕੁੜੀ ਵਾਲੇ ਪੈਸੇ ਥੋੜੀ ਲਾਉਂਦੇ ਹੁੰਦੇ ਨੇ। ਹੁਣ ਤੂੰ ਉਹਨਾਂ ਦੀ ਅਮਾਨਤ ਹੈ, ਆਪੇ ਕਰਨਗੇ ਕੁਛ। ਕਮਲੀਏ ਤੇਰੇ ਸ਼ਗਨਾਂ ਦੇ ਗਹਿਣੇ ਨੇ, ਇਹਨਾਂ ਨੂੰ ਮੈਂ ਕਿਵੇਂ ਸੇਲ ਕਰ ਸਕਦਾ ਸੀ? ਸਾਂਭ ਇਹਨਾਂ ਨੂੰ, ਤੇਰੇ ਉੱਥੇ ਕੰਮ ਆਣਗੇ। ਪਰ ਫਿਰ ਪੈਸੇ ਕਿੱਥੋਂ ਅਰੇਂਜ ਕੀਤੇ? ਮੈਂ ਆਪਣਾ ਟਰੈਕਟਰ ਸੇਲ ਕਰਤਾ ਸੀ। ਮੈਨੂੰ ਪਤਾ ਹੀ ਨਹੀਂ ਕੀ ਹੈ ਉਹਨਾਂ ਦੇ, ਨੰਗਾਂ ਦੇ ਵਿਆਹ ਕਰਵਾ ਲਿਆ ਤੂੰ ਤਾਂ। ਬਾਈ ਕਿਵੇਂ ਬੈਠਾ ਜਾ ਇੱਥੇ? ਅੱਜ ਤੇਰਾ ਮੂਡ ਵੀ ਠੀਕ ਲੱਗਦਾ ਮੈਨੂੰ। ਉਹ ਯਾਰ ਪਤਾ ਨਹੀਂ ਕੀ ਗੱਲ ਆ, ਮਾਹੀ ਅੱਜ ਕੱਲ੍ਹ ਚੱਜ ਨਾਲ ਗੱਲ ਨਹੀਂ ਕਰਦੀ ਹੈਗੀ, ਮੈਨੂੰ ਤਾਂ ਟੈਨਸ਼ਨ ਹੋਈ ਜਾਂਦੀ ਆ। ਅੱਛਾ ਬਾਈ, ਲਾਸਟ ਟਾਈਮ ਕਦੋਂ ਕੀਤੀ ਸੀ ਗੱਲ? ਬਾਈ ਇੱਕ ਮੰਥ ਹੋ ਗਿਆ ਕਾਲ 'ਤੇ ਗੱਲ ਕੀਤੀ ਨੂੰ, ਹੁਣ ਤਾਂ ਚੈਟ 'ਚ ਵੀ ਰਿਪਲਾਈ ਨਹੀਂ ਕਰਦੀ ਹੈਗੀ, ਕਹਿ ਦਿੰਦੀ ਹੈ ਕਿ ਮੈਂ ਤਾਂ ਬਿਜ਼ੀ ਹਾਂ। ਇਹ ਤਾਂ ਬਹੁਤ ਗਲਤ ਗੱਲ ਹੈ, ਕਿਤੇ ਉੱਧਰ ਜਾ ਕੇ ਬਦਲ ਤਾਂ ਨਹੀਂ ਗਈ? ਉਹ ਕਿੱਧਰ ਖੋਇਆ ਹੋਇਆ? ਮਹਾਂ ਕਿਵੇਂ ਬੈਠਾ ਇੱਥੇ? ਲੱਗਦਾ ਭਰਜਾਈ ਦੇ ਸੁਪਨੇ ਲਈ ਜਾਣਾ। ਉਹ ਤੂੰ ਟੈਨਸ਼ਨ ਨਾ ਲੈ, ਹੁਣ ਤੱਕ ਤਾਂ ਤੇਰੀ ਫਾਈਲ ਲਾਤੀ ਹੋਣੀ ਮਾਹੀ ਨੇ, ਜਲਦੀ ਉਹ ਬੁਲਾਓ ਤੈਨੂੰ ਉਹ। ਨਾਲੇ ਜਿਵੇਂ ਤੇਰੇ ਤੋਂ ਨਹੀਂ ਰਹਿ ਹੁੰਦਾ ਨਾ ਉਹਦੇ ਬਿਨਾਂ, ਉਹ ਤੋਂ ਕਿਹੜਾ ਰਹਿ ਜਾਂਦਾ ਹੋਊ। ਸਹੀ ਗੱਲ ਆ ਬਾਈ, ਚੱਲ ਤੂੰ ਮੇਰੀ ਛੱਡ, ਆਪਣੀ ਸੁਣਾ। ਭਰਜਾਈ ਪਹੁੰਚ ਗਈ ਉੱਧਰ? ਕੱਲ੍ਹ ਫਲਾਈਟ ਸੀ ਉਸਦੀ। ਹਾਂ ਬਾਈ, ਇੱਥੇ ਆਉਣ ਤੋਂ ਪਹਿਲਾਂ ਉਹਦੇ ਨਾਲ ਹੀ ਗੱਲ ਕਰਕੇ ਹਟਿਆ ਸੀਗਾ, ਪਹੁੰਚ ਗਈ ਉਹ। ਟੋਰਾਂਟੋ ਹੀ ਜਾਣਾ ਸੀ ਉਹਨੇ ਵੀ। ਵਾਹਿਗੁਰੂ ਨੇ ਆਪਣੀ ਵਧੀਆ ਸੁਣ ਲਈ ਦੋਨੋਂ ਯਾਰਾਂ ਦੀ, ਹੁਣ ਤਾਂ ਬਸ ਵੇਟ ਆ ਕਿ ਆਪਾਂ ਨੂੰ ਬੁਲਾ ਲੈਣ। ਨਾਲੇ ਉਹਨਾਂ ਦਾ ਵੀ ਔਖਾ ਉੱਧਰ ਇਕੱਲੀਆਂ ਦਾ, ਜਦ ਆਪਾਂ ਚਲੇ ਗਏ ਉਹਨਾਂ ਨੂੰ ਸਾਥ ਹੋਜੂ ਆਪਣਾ, ਫਿਰ ਸੁੱਖ ਆਊ ਸਭ ਦੀ ਜ਼ਿੰਦਗੀ 'ਚ। ਨਾਲੇ ਹੁਣ ਤਾਂ ਤੇਰੀ ਫਾਈਲ ਲਾਤੀ ਹੋਣੀ ਭਰਜਾਈ ਨੇ। ਹਾਂ ਬਾਈ, ਲਾਏ ਨੇ ਮੇਰੇ ਵੀ ਪੇਪਰ ਮਾਹੀ ਨੇ। ਚੱਲ ਆ ਚੱਲੀਏ, ਉਰੇ ਕਾਹਨੂੰ ਇਕੱਲਾ ਬੈਠਾ। ਹਾਂ ਹਾਂ ਚੱਲ। ਲੱਗਦਾ ਭਰਜਾਈ ਦੇ ਸੁਪਨੇ ਲਈ ਜਾਣਾ। ਉਹ ਤੂੰ ਟੈਨਸ਼ਨ ਨਾ ਲੈ, ਹੁਣ ਤੱਕ ਤਾਂ ਤੇਰੀ ਫਾਈਲ ਲਾਤੀ ਹੋਣੀ ਮਾਹੀ ਨੇ, ਜਲਦੀ ਉਹ ਬੁਲਾਓ ਤੈਨੂੰ। ਨਾਲੇ ਜਿਵੇਂ ਤੇਰੇ ਤੋਂ ਨਹੀਂ ਰਹਿ ਹੁੰਦਾ ਨਾ ਉਹਦੇ ਬਿਨਾਂ, ਉਹ ਤੋਂ ਕਿਹੜਾ ਰਹਿ ਜਾਂਦਾ ਹੋਊ। ਪਰ ਜੇ ਮੈਂ ਬਾਹਰ ਜਾ ਕੇ ਬਦਲ ਗਿਆ, ਜੇ ਉੱਥੇ ਜਾ ਕੇ ਮੈਨੂੰ ਕੋਈ ਹੋਰ ਲੱਭ ਗਿਆ, ਫੇਰ ਕੀ ਕਰੂੰਗੀ? ਸੁਸਾਈਡ ਕਰੂੰਗੀ। ਕੀ ਗੱਲ ਹੈ ਮਾਹੀ, ਕੀ ਸੋਚਦੀ ਆ? ਕੁਛ ਨਹੀਂ ਯਾਰ, ਤੂੰ ਤਾਂ ਮੈਨੂੰ ਕਨਫਿਊਜ਼ ਹੀ ਕਰਦਾ। ਯਾਰ ਤੈਨੂੰ ਕਨਫਿਊਜ਼ ਹੋਣ ਦੀ ਕੀ ਲੋੜ ਹੈ? ਅਤੇ ਤੂੰ ਉਸ ਇੰਡੀਆ ਵਾਲੇ ਦੀ ਟੈਨਸ਼ਨ ਨਾ ਲੈ, ਤੂੰ ਤਾਂ ਬਸ ਆਪਣੇ ਫਿਊਚਰ ਬਾਰੇ ਸੋਚ, ਅਤੇ ਤੇਰਾ ਫਿਊਚਰ ਕੇਵੀ ਨਾਲ ਹੈ। ਤੇਰੀ ਤਾਂ ਗੱਲ ਬਣ ਗਈ ਕੁੜੀਏ, ਸ਼ੁਕਰ ਕਰ ਤੁਹਾਡੇ ਦੋਨਾਂ ਦੀ ਜੋੜੀ ਬਣ ਗਈ, ਨਹੀਂ ਤਾਂ ਇੱਧਰ ਦੇ ਬੋਰਨ ਐਂਡ ਬ੍ਰੋਟਅਪ ਸਾਡੇ ਵਰਗੀਆਂ ਦੇਸਣਾਂ ਵੱਲ ਦੇਖਦੇ ਵੀ ਨਹੀਂ। ਪਰ ਜੱਗੀ ਦਾ ਕੀ ਬਣੂ? ਯਾਰ ਕੀ ਜੱਗੀ 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 ਲਾਈ ਹੋਈ ਆ, ਹੈ ਕਿ ਉਸ ਗਵਾਰ 'ਚ 3 ਕਿੱਲੇ ਆਉਂਦੇ ਨੇ ਉਸਨੂੰ, ਅਤੇ ਉਹਨਾਂ 3 ਕਿੱਲਿਆਂ ਦੇ ਮੁੱਲ ਦੀ ਕਾਰ ਚੱਕੀ ਫਿਰਦਾ ਕੇਵੀ। ਅਤੇ ਹਾਂ, ਇਹ ਗੱਲ ਨਾ ਆਪਣੇ ਤੱਕ ਹੀ ਸੀਮਿਤ ਰੱਖੀ, ਕਿਤੇ ਕੇਵੀ ਨੂੰ ਨਾ ਕਹਿ ਦੀ ਮੈਂ ਮੈਰਿਡ ਹਾਂ ਇੰਡੀਆ 'ਚੋਂ, ਅਤੇ ਇੱਥੇ ਸਪੌਸ ਵੀਜ਼ਾ 'ਤੇ ਆਈ ਹੋਈ ਹਾਂ। How are you? I'm fine. What about you? Good. अच्छा मेरी गाल सुन, माही किथे आ? माही अंदर आ। Hey माही, how are you? I'm good. How are you?
ਗੁੱਡ ਅੱਛਾ ਮੇਰੀ ਗੱਲ ਸੁਣੋ ਵੀ ਹੈਵ ਅ ਪਲਾਨ ਆ ਪਾਊਟਿੰਗ ਤੇ ਚੱਲਣਾ ਤੇ ਤੈਨੂੰ ਮੈਂ ਆਪਣੇ ਫਰੈਂਡਸ ਨਾਲ ਮਿਲਾਉਣਾ ਆ ਮੈਮ ਸੌਰੀ ਕਿ ਵੀ ਮੈਨੂੰ ਕੰਮ ਹੈ ਅਸਾਈਨਮੈਂਟਸ ਐਂਡ ਦੈਨ ਜੌਬ ਕਨ ਅ ਬਿਜ਼ੀ ਡੇ ਹੇ ਬੀ ਕੰਫਰਟੇਬਲ ਅਸੀਂ ਹੈਗੇ ਤੈਨੂੰ ਸਪੋਰਟ ਕਰਨ ਲਈ ਯਾਰ ਆਸਕ ਹਰ ਟੂ ਬੀ ਰੈਡੀ ਤੈਨੂੰ ਕੰਮ ਕਰਨ ਦੀ ਕੋਈ ਲੋੜ ਨਹੀਂ ਅਸੀਂ ਹੈਗੇ ਆ ਨਾ ਜਸ ਬੀ ਰੈਡੀ ਮਾਹੀ ਯੂ ਸ਼ੁਡ ਗੋ ਤੇਰੇ ਅਸਾਈਨਮੈਂਟਸ ਮੈਂ ਸੰਭਾਲ ਲੈਂਗੀ ਤੁਸੀਂ ਜਾਓ ਐਗਜ਼ੈਕਟਲੀ ਜਸ ਬੀ ਰੈਡੀ ਯਾਰ ਓਕੇ ਓਕੇ ਵੇਟ ਮੈਂ ਰੈਡੀ ਓਕੇ ਮੈਂ ਉਹਨੂੰ ਰੈਡੀ ਕਰਕੇ ਆਉਂਦੀ ਹਾਂ ਠੀਕ ਹੈ ਇਸਨੇ ਆ ਕੀ ਪਾ ਲਿਆ ਪਾਰਟੀ ਤੇ ਲੈ ਕੇ ਚੱਲਿਆ ਤੈਨੂੰ ਰੁਕ ਜਾ ਤਾਂ ਹੀ ਮੈਂ ਤੇਰੇ ਲਈ ਆ ਡਰੈਸ ਲੈ ਕੇ ਆਈ ਸੀ ਮੈਨੂੰ ਪਤਾ ਸੀ ਲੈ ਆ ਵੇਅਰ ਕਰ ਬਹੁਤ ਬਿਊਟੀਫੁਲ ਲੱਗੇਗੀ ਸੋਚਦੀ ਕੀ ਹੈ ਜਾ ਹੁਣ ਕਿੰਨੀ ਬਿਊਟੀਫੁਲ ਲੱਗਦੀ ਪਈ ਹੈ ਤੂੰ ਚੱਲ ਹੁਣ ਹੇ ਯੂ ਲੁੱਕ ਸਟਨਿੰਗ ਥੈਂਕ ਯੂ ਲੈਟਸ ਗੋ ਜਾਓ ਹਾਂਜੀ ਬਾਬਾ ਮੈਂ ਪਹੁੰਚ ਗਈ ਵੇਟ ਹੁਣ ਮੈਨੂੰ ਸਮਾਨ ਅੰਦਰ ਰੱਖ ਲੈਣ ਦੋ ਹਾਂ ਹਾਂ ਚੱਲ ਠੀਕ ਹੈ ਫ੍ਰੀ ਹੋ ਕੇ ਕਰੀ ਮੈਨੂੰ ਮਾਹੀ ਉਹ ਮੈਂ ਕਾਲ ਕੀਤੀ ਸੀ ਰੂਮ ਲਈ ਹੇ ਤੁਸੀਂ ਅਰਸ਼ੋ ਹਾਂਜੀ ਹਾਈ ਐਕਚੁਅਲੀ ਕੇਵੀ ਇਹ ਸਾਡੇ ਬੇਸਮੈਂਟ 'ਚ ਰਹਿਣ ਆਏ ਨੇ ਬੇਸਮੈਂਟ ਖਾਲੀ ਸੀ ਅਤੇ ਉਹਨਾਂ ਨੇ ਸੋਚਿਆ ਕਿ ਇਹਨਾਂ ਨੂੰ ਰੈਂਟ 'ਤੇ ਦੇ ਦਿੱਤਾ ਜਾਵੇ ਅਤੇ ਅਰਸ਼ ਇਹ ਕੇਵੀ ਨੇ ਸਾਡੇ ਫਰੈਂਡ ਅਤੇ ਮਾਹੀ ਹੈ ਇਹ ਵੀ ਇੱਥੇ ਰਹਿੰਦੀ ਆ ਹੈਲੋ ਹਾਈ ਸ਼ੁੱਡ ਵੀ ਗੋ ਯਾ ਓਕੇ ਜੀ ਮੈਂ ਤੁਹਾਨੂੰ ਬਾਅਦ 'ਚ ਬੈਕ ਕਾਲ ਕਰਦੀ ਹਾਂ ਵੇ ਪੁੱਤ ਮਾਹੀ ਦਾ ਫੋਨ ਆਉਂਦਾ ਤੈਨੂੰ ਹਾਂ ਮੰਮੀ ਅੱਜ ਕੱਲ੍ਹ ਤਾਂ ਆਇਆ ਸੀ ਪੁੱਤ ਮੇਰੀ ਵੀ ਗੱਲ ਕਰਾ ਦੇ ਹੁਣ ਤਾਂ ਇੱਕ ਮਹੀਨੇ ਤੋਂ ਵੀ ਉੱਪਰ ਹੋ ਗਿਆ ਉਹਦੇ ਨਾਲ ਗੱਲ ਕਰੀ ਨੂੰ ਮੰਮੀ ਕੰਮ 'ਚ ਬਿਜ਼ੀ ਹੁੰਦੀ ਆ ਉਹ ਟਾਈਮ ਨਹੀਂ ਲੱਗਦਾ ਹੈਗਾ ਉਹਨੂੰ ਨਾ ਵੀਰੇ ਇੱਕ ਹੀ ਗੱਲ ਹੋਈ ਭਾਬੀ ਨੂੰ ਫੈਮਿਲੀ ਲਈ ਵੀ ਟਾਈਮ ਕੱਢਣਾ ਚਾਹੀਦਾ ਮੈਂ ਮੈਸੇਜ ਕਰਦੀ ਹਾਂ ਮੇਰਾ ਵੀ ਨਹੀਂ ਰਿਪਲਾਈ ਕਰਦੇ ਮੈਨੂੰ ਤਾਂ ਲੱਗਦਾ ਭਾਬੀ ਦੀ ਕੈਨੇਡਾ ਜਾ ਕੇ ਹਵਾ ਬਦਲੂਗੀ ਨਹੀਂ ਕੁੜੀਏ ਪਾਗਲ ਹੋਈ ਹੈ ਐਵੇਂ ਨਹੀਂ ਕਹੀਦਾ ਹੁੰਦਾ ਨਾਲੇ ਉਹ ਉੱਥੇ ਕਮਾਈ ਕਰਦੀ ਹੈ ਤੇਰੇ ਵਾਂਗੂ ਵਿਹਲੀ ਥੋੜ੍ਹੀ ਹੈ ਕੋਈ ਨਾ ਪੁੱਤ ਜਦੋਂ ਟਾਈਮ ਲੱਗੂ ਆਪੇ ਫੋਨ ਕਰ ਲਓ ਬੇਬੇ ਮੈਨੂੰ ਤਾਂ ਕੁਝ ਠੀਕ ਨਹੀਂ ਲੱਗਦਾ ਤੁਸੀਂ ਦੇਖਿਆ ਵੀ ਇਹਨੂੰ ਅੱਜ ਕੱਲ੍ਹ ਵੀਰਾ ਚੁੱਪ ਚੁੱਪ ਰਹਿੰਦਾ ਪਿੰਡ 'ਚ ਲੋਕ ਵੀ ਗੱਲਾਂ ਕਰਦੇ ਨੇ ਮੇਰੀਆਂ ਸਹੇਲੀਆਂ ਦੱਸਦੀਆਂ ਸੀ ਲੋਕ ਕਹਿੰਦੇ ਨੇ ਮਾਹੀ ਭਾਬੀ ਨੇ ਹੁਣ ਨਹੀਂ ਵੀਰੇ ਨੂੰ ਬੁਲਾਉਣਾ ਉੱਥੇ ਨਹੀਂ ਤੂੰ ਲੋਕਾਂ ਦੀਆਂ ਗੱਲਾਂ ਨਾ ਸੁਣਿਆ ਕਰ ਲੋਕ ਤਾਂ ਐਵੇਂ ਬੋਲਦੇ ਰਹਿੰਦੇ ਨੇ ਲੱਗਦਾ ਜ਼ਿਆਦਾ ਹੀ ਹੋ ਗਈ ਥੈਂਕ ਯੂ ਬਾਏ
bye. See you. Good night. Good night. हेलो माही। हाँ बोलो। माही कित्थे है तू? तू ना मेरा फोन चक दी आ, मैसेज भी सीन करके छड़ दनी आ। यार मेरे नाल नहीं गल करनी, घट्टो घट दिल रखने लई मां नाले गल कर लिया कर। तैनू पता इत्थे पिंड च किदां दीआं गल्लां होण लग गईआं? किवें दीआं गल्लां हुंदे होणीआं? इही कहिंदे होणे ले जांदी नहीं तैनू, छड गई, लभ लिया होणा कोई होर। हाँ इही कहिंदे आ। ते फिर इस च कोई झूठ नहीं, लव लिया में कोई होर। माही एक ही बोल रही तेन पता मैं प्यार कर दा तेन नहीं लाने पेपर तू मेरे ना दा। नहीं बुलाना कैनेडा ना बुला तू, पर मेनू एह जी गल कह के तू कोई होर लभ लिया। चल चल ज्यादा सेंटी ना हो, मैं बिजी हाँ, कर दिया तेरे ना थोड़ी देर च कर। बुलाते होके ने क्या लेखा इश्क कमाया दा, नैनी अत्तरू बुलाते होके ने क्या लेखा इश्क कमाया दा। सजना तेरी खैर होवे, मुल पाया मुहब्बता पाया दा, नैनी अत्तरू बुलाते होके ने। ओके मैं भतीज किवें बैठा, देखी सब ठीक आ? हाँ चाचा सब वधिया, सब ठीक आ, मैनू की होना। ओ सच साडी नूह माही नाल तेरी गल होई जांदी आ, किवें आ ओ? हाँ चाचा बस हुण ओहदे नाल ही तां गल करदा सीगा, बस हुण उसने मेरे पेपर ला देने आ ते मैं भी चले जाणा आ उधर। चल चंगा चाचा मैं चलदा, मैनू दो चार कम ने। वधिया कीता जिहड़ा तू उहनूं साफ साफ कहता। की लैणा हुण तू उस तों? हुण तू इस कनेडा वाले नाल विआह करवाई, उस देसी दे पल्ले की है नंग दे। मम्मी मैं तो बहुत टेंशन हो जाती है, पता नहीं की बोलगी राती जग्गी नूं। मैं भावें देखा या ना देखा रोज़ मैसेज गुड मॉर्निंग हाल चाल पूछता सी, अज उहदा कोई मैसेज ही नहीं आया। मेरा तो दिल बहुत घबराई जाता है, नाले जिन्ना देसी तू उहनूं समझदी है ना उन्ना देसी है नहीं उह। लै होर की आ उह, तू ना हुण जग्गी नाल कोई गल करी। ਵਧੀਆ ਜੇ ਉਹ ਆਪੇ ਦੇ ਇੱਥੋਂ ਦੂਰ ਹੋ ਜਾਊਗਾ। ਤੂੰ ਇਹੋ ਜਿਹੇ ਗਰੀਬਾਂ ਦੇ ਘਰੇ ਜਾਣ ਵਾਸਤੇ ਨਹੀਂ ਬਣੀ। ਸੱਚੋ ਜਿਹੜੇ ਤੂੰ ਮੇਰੇ ਵਾਸਤੇ ਕਾਗਜ਼ ਭੇਜੇ ਸੀ ਨਾ ਕੈਨੇਡਾ ਵਾਲੇ, ਉਹ ਮੈਂ ਤੇਰੇ ਡੈਡੀ ਨਾਲ ਜਾ ਕੇ ਅੰਬੈਸੀ 'ਚ ਸੈਮਟ ਕਰਵਾਇਆ ਸੀਗੀ। ਬਾਕੀ ਜਦੋਂ ਮੈਂ ਆ ਗਈ ਨਾ ਤੇਰੇ ਕੋਲੇ ਆਪੇ ਦੱਸੂੰਗੀ ਕੀ ਕਰਨਾ ਉਸ ਜੱਗੀ ਦਾ। ਠੀਕ ਹੈ ਮੰਮੀ, ਚੰਗਾ ਮੈਂ ਰੱਖਦੀ ਹਾਂ। ਚੰਗਾ ਪੁੱਤ, ਬਾਏ। ਨਾ ਆਹ ਕਲਾ ਦੇ ਰਹੀ ਹੈ ਤੂੰ ਮਾਹੀ ਨੂੰ, ਮੈਨੂੰ ਮੂੰਹ ਦਿਖਾਉਣ ਚੋਂ ਨਹੀਂ ਛੱਡਣਾ ਚਾਹੁੰਦੀ ਤੂੰ? ਮੈਨੂੰ ਸ਼ਰਮ ਆਉਂਦੀ ਹੈ ਕਿ ਤੂੰ ਮਾਹੀ ਦੀ ਮਾਂ ਹੈ ਜਿਹੜੀ ਆਪਣੀ ਧੀ ਦਾ ਘਰ ਆਪ ਹੀ ਖਰਾਬ ਕਰ ਰਹੀ ਹਾਂ। ਤੈਨੂੰ ਮੈਂ ਦੱਸਣਾ ਪੀ ਆਰ ਕੈਨੇਡਾ ਦੀ, ਤੂੰ ਘਰੋਂ ਪੈਰ ਤਾਂ ਪੱਟ ਕੇ ਦਿਖਾ, ਤੇਰੇ ਲੱਤਾਂ ਤਾਂ ਤੋੜੀਆਂ। ਹੁਣ ਮਿਲਾ ਮਾਹੀ ਨੂੰ।
लग नहीं रहा। मेरी गल करा दे माही नाल, नहीं तेरिया लत्तां तोड़ दूं। ਅਰਦਾਸ ਕਰ, ਦੋ ਸਾਲ ਹੋਣ ਨੂੰ ਆ ਗਏ ਬਾਈ, ਇਹਦੀ ਘਰ ਵਾਲੀ ਵੀ ਨਹੀਂ ਲੈ ਕੇ ਗਈ ਇਹਨੂੰ। ਉਹ ਬਾਈ ਉਹ ਕਿੱਥੇ ਲਿਜਾਊ, ਪੈਸੇ ਲਵਾਉਣੇ ਸੀ ਲਵਾ ਗਈ, ਖਾ ਗਈ। ਸਹੀ ਗੱਲ ਆ ਬਾਈ ਤੇਰੀ। ਬਸ ਕਰ ਜੇ ਤਾ ਓਏ, ਬੈਠੋ ਜੱਗੀ, ਲੜਦਾ ਨਹੀਂ ਗਾ ਤੂੰ, ਬੈਠ देख लूंगा साले तुम। ओ साडे ते कादा गुस्सा भाई, गुस्सा दिखाउणा आपदी घर वाली ते दिखावे। असीं तां सराबी बंदे हां, सच्ची सुच्ची गल कहांगे। बच के इहो जिहां तों इहो जी बदनामी मत्थे ते लाउणी बड़ी औखी आ। ਦੋ ਸਾਲ ਹੋਣ ਨੂੰ ਆ ਗਏ ਬਾਈ, ਇਹਦੀ ਘਰ ਵਾਲੀ ਵੀ ਨਹੀਂ ਲੈ ਕੇ ਗਈ ਇਹਨੂੰ। ਉਹ ਬਾਈ ਉਹ ਕਿੱਥੇ ਲਿਜਾਊ, ਪੈਸੇ ਲਵਾਉਣੇ ਸੀ ਲਵਾ ਗਈ, ਖਾ ਗਈ। ਹੈਲੋ। ਹਾਂਜੀ ਮੰਮਾ। ਹੈਲੋ ਮਾਹੀ। ਹਾਂ, ਇਸ ਉਮਰ 'ਚ ਖੇ ਪਵਾਉਣਾ ਚਾਹੁੰਦਾ ਤੁਸੀਂ ਮੇਰੇ ਸਿਰ 'ਚ? ਸਭ ਦੇ ਸਾਹਮਣੇ ਨੀਵੀਂ ਪਵਾਉਣਾ ਚਾਹੁੰਦੀ ਆ ਤੂੰ? ਮੈਂ ਸੋਚਿਆ ਨਹੀਂ ਸੀ ਮੇਰੀ ਔਲਾਦ ਇੱਦਾਂ ਦੀ ਨਿਕਲ ਜੂ, ਹੁਣ ਤੈਨੂੰ ਕੈਨੇਡਾ ਵਾਲਾ ਦਿਖਣ ਲੱਗ ਗਿਆ। ਉਹ ਕਿੰਨੀਆਂ ਉਮੀਦਾਂ ਹੋਣਗੀਆਂ ਉਹਦੇ ਪਰਿਵਾਰ ਨੂੰ ਤੇਰੇ ਤੋਂ। ਨਾ ਤੇਰੇ ਉਹ ਨਹੀਂ ਯਾਦ ਆਉਂਦਾ ਜਿਹਨੇ ਆਪਣਾ ਸਾਰਾ ਕੁਛ ਲਟਾ ਕੇ ਤੈਨੂੰ ਕੈਨੇਡਾ ਭੇਜਿਆ? ਤਾਂ ਕਿ ਤੂੰ ਤਾਂ ਸੁੱਖ ਦੇਖੇ ਹੀ, ਨਾਲ ਉਹ ਵੀ ਜ਼ਿੰਦਗੀ ਸੁੱਖ ਨਾਲ ਕੱਟ ਸਕੇ। ਉਹ ਕਿੰਨੀਆਂ ਉਮੀਦਾਂ ਹੋਣਗੀਆਂ ਉਹਦੇ ਪਰਿਵਾਰ ਨੂੰ ਤੇਰੇ ਤੋਂ, ਤੇ ਤੂੰ ਆਹ ਸਭ ਕਰਨੀ ਹੈ ਇੱਥੇ? ਇੱਕ ਵਾਰੀ ਖੁਦ ਨੂੰ ਸ਼ੀਸ਼ੇ 'ਚ ਦੇਖ, ਤੇਰੀ ਆਤਮਾ ਤੈਨੂੰ ਲਾਣਤਾਂ ਪਾਊਗੀ। ਕਰਨੀ ਤਾਂ ਤੈਨੂੰ ਹੁਣ ਆਪਦੀ ਮਰਜ਼ੀ ਹੋ ਆ, ਕਿਉਂਕਿ ਇੱਥੇ ਬੈਠੀ ਤਾਂ ਤੇਰਾ ਕਿਹੜਾ ਕੋਈ ਕੁਛ ਕਰ ਸਕਦਾ, ਪਰ ਰੱਬ ਤਾਂ ਹੈਗਾ ਹਰ ਜਗ੍ਹਾ। ਜਿਸ ਦਿਨ ਤੂੰ ਜੱਗੀ ਨੂੰ ਛੱਡਿਆ ਨਾ, ਬਸ ਉਸ ਦਿਨ ਤੋਂ ਇਹ ਗੱਲ ਵੀ ਸਮਝ ਲਈ, ਤੇਰਾ ਮੇਰੇ ਘਰ ਨਾਲ ਵੀ ਰਿਸ਼ਤਾ ਖਤਮ ਆ। ਇੱਥੇ ਆਉਣ ਦੀ ਫਿਰ ਕੋਈ ਲੋੜ ਨਹੀਂ। ਅਸੀਂ ਕੀ ਦੱਸੀਏ ਕਿ ਸੱਜਣਾ ਤੋਂ ਸਾਨੂੰ ਮਿਲੀਆਂ ਕੀ ਸੌਗਾਤਾਂ ਨੇ। ਦਿਨ ਦੇ ਗਿਆ ਹੋ ਕੇ ਗਿਣਨੇ ਨੂੰ, ਤਾਰੇ ਗਿਣਨ ਨੂੰ ਦਿੱਤੀਆਂ ਰਾਤਾਂ ਨੇ। ਦਿਨ ਦੇ ਗਿਆ ਹੋ ਕੇ ਗਿਣਨੇ ਨੂੰ, ਤਾਰੇ ਗਿਣਨ ਨੂੰ ਦਿੱਤੀਆਂ ਰਾਤਾਂ ਨੇ। ਸਦਾ ਮਾਣੇ ਜਵਾਨੀਆਂ ਹੋ ਸੋਣਾ, ਸਦਾ ਮਾਣੇ ਜਵਾਨੀਆਂ ਹੋ ਸੋਣਾ, ਸਾਨੂੰ ਦੇ ਗਿਆ ਮਾਣ ਜੁਦਾਈਆਂ ਦਾ। ਸਦਾ ਮਾਣੇ ਜਵਾਨੀਆਂ ਹੋ ਸੋਣਾ, ਸਾਨੂੰ ਦੇ ਗਿਆ ਮਾਣ ਜੁਦਾਈਆਂ ਦਾ। ਵਾ ਸੱਜਣਾ ਤੇਰੀ ਖੈਰ ਹੋਵੇ, ਮੁੱਲ ਪਾਇਆ ਮੁਹੱਬਤਾਂ ਪਾਈਆਂ ਦਾ। ਨੈਣੀ ਨਹੀਂ ਲਾਣੇ ਪੇਪਰ ਤੂੰ ਮੇਰੇ ਨਾਂ ਦਾ, ਨਹੀਂ ਬੁਲਾਉਣਾ ਕੈਨੇਡਾ, ਨਾ ਬੁਲਾ ਤੂੰ। ਪਰ ਮੈਨੂੰ ਇਹੋ ਜਿਹੀਆਂ ਗੱਲਾਂ ਨਾ ਕਹਿ ਕਿ ਤੂੰ ਕੋਈ ਹੋਰ ਲੱਭ ਲਿਆ। ਨਾ ਤੇਰੇ ਉਹ ਨਹੀਂ ਯਾਦ ਆਉਂਦਾ ਜਿਹਨੇ ਆਪਣਾ ਸਾਰਾ ਕੁਛ ਲਟਾ ਕੇ ਤੈਨੂੰ ਕੈਨੇਡਾ ਭੇਜਿਆ। ਕਮਲੀ, ਇਹ ਤੇਰੇ ਸ਼ਗਨਾਂ ਦੇ ਗਹਿਣੇ ਨੇ, ਇਹਨਾਂ ਨੂੰ ਮੈਂ ਕਿਵੇਂ ਸੇਲ ਕਰ ਸਕਦਾ ਸੀ? ਸਾਂਭ ਇਹਨਾਂ ਨੂੰ, ਤੇਰੇ ਉੱਥੇ ਕੰਮ ਆਣਗੇ। ਪਰ ਫਿਰ ਪੈਸੇ ਕਿੱਥੋਂ ਅਰੇਂਜ ਕੀਤੇ? ਮੈਂ ਆਪਣਾ ਟਰੈਕਟਰ ਸੇਲ ਕਰਤਾ ਸੀ। ਇਹ
वैसे ना ये गल्लां कहण दीआं हुंदीआं ने, असल च गल तां जबान दी हुंदी आ। मरे मुकरे दा की कर सकदे आ आपां। जोखा कर दे हुण, लेखा जोखा कर दे असी तेरिया बे परवाइयां दा, हुण लेखा जोखा कर दे असी तेरिया बे परवाइयां दा। सजना तेरी खैर होवे, मुल पाया मुहब्बता पाया दा नहीं बुलाते। हेलो हेलो जग्गी, आई एम रियली सॉरी। नरेंद्र ने कल रात ही मेनू बुलाती सी, मेनू पता ही नहीं लगा मैं थोनू की बोल गई। जग्गी आई एम रियली। ਨਾਲੇ ਉਦੋਂ ਅੰਨੀ ਸੀ ਜਦੋਂ ਕੇਵੀ ਦੀਆਂ ਬਾਹਾਂ 'ਚ ਬਾਹਾਂ ਪਾ ਕੇ ਘੁੰਮਦੀ ਸੀ, ਉਦੋਂ ਨਹੀਂ ਯਾਦ ਆਈ ਤੈਨੂੰ ਆਪਣੇ ਹਸਬੈਂਡ ਦੀ? ਤੈਨੂੰ ਪਤਾ ਇੱਕ ਇੱਜ਼ਤਦਾਰ ਕੁੜੀ ਕੋਲ ਇੱਕ ਗੈਰ ਮਰਦ ਦੇ ਆਫਰਸ ਅਤੇ ਜ਼ਿੱਦ ਨੂੰ ਠੁਕਰਾਉਣ ਦੀ ਜ਼ਰੂਰਤ ਹੁੰਦੀ ਆ, ਅਤੇ ਜਿਸ ਕੋਲ ਇਨਕਾਰ ਕਰਨ ਦੀ ਜ਼ਰੂਰਤ ਨਹੀਂ ਨਾ ਹੁੰਦੀ, ਉਹ ਕੁੜੀ ਕਿੱਥੇ ਹੁੰਦੀ ਆ? ਹੁਣ ਦੱਸ ਮਾਹੀ, ਕਿੱਥੇ ਦੀ ਆਂ ਤੂੰ? ਜਾਂ ਫਿਰ ਆਪਣੇ ਆਪ ਨੂੰ ਪੁੱਛ, ਕਿਤੇ ਦੀ ਰਹੀ ਵੀ ਹੈ ਜਾਂ ਨਹੀਂ? ਦਿਲ ਤਾਂ ਮੇਰਾ ਬਹੁਤ ਕਰਦਾ ਕਿ ਤੈਨੂੰ ਜਾਨ ਤੋਂ ਮਾਰਦਾ, ਪਰ ਜੇ ਤੂੰ ਇਹ ਕੰਮ ਆਪ ਕਰ ਸਕਦੀ ਆ ਨਾ ਤਾਂ ਮੇਰੇ 'ਤੇ ਬਹੁਤ ਬੜਾ ਅਹਿਸਾਨ ਹੋਊਗਾ। ਦੇਖਦੀ ਕੀ ਹਾਂ, ਜਾਂ ਮਰ ਜਾ ਹੁਣ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕਿੱਦਾਂ ਦਾ ਲੱਗਿਆ ਤੁਹਾਨੂੰ ਐਪੀਸੋਡ 3? ਉਮੀਦ ਕਰਦਾ ਵਧੀਆ ਲੱਗਿਆ ਹੋਊਗਾ। ਜੇ ਵਧੀਆ ਲੱਗਿਆ ਹੋਊਗਾ ਤੁਹਾਨੂੰ ਕੀ ਕਰਨਾ ਹੈ ਹੁਣ? ਕਮੈਂਟ ਜ਼ਰੂਰ ਕਰਨਾ ਆ, ਇੱਕ ਇੱਕ ਕਮੈਂਟ ਤੁਹਾਡਾ ਮੇਰੇ ਲਈ ਬਹੁਤ ਜ਼ਰੂਰੀ ਆ। ਉਸ ਤੋਂ ਮੈਨੂੰ ਪਤਾ ਲੱਗਦਾ ਹੈ ਕਿ ਤੁਹਾਨੂੰ ਵੀਡੀਓਜ਼ ਕਿੱਦਾਂ ਦੀਆਂ ਲੱਗ ਰਹੀਆਂ ਨੇ, ਐਪੀਸੋਡ 3 ਕਿੱਦਾਂ ਦਾ ਲੱਗ ਰਿਹਾ, ਸਾਡੇ ਆਉਣ ਵਾਲੇ ਪ੍ਰੋਜੈਕਟ ਤੁਹਾਨੂੰ ਕਿੱਦਾਂ ਦੇ ਲੱਗ ਰਹੇ ਨੇ। ਸੋ ਕਮੈਂਟਸ ਜ਼ਰੂਰ ਕਰਿਆ ਕਰੋ, ਕਿਉਂਕਿ ਕਮੈਂਟਸ ਦਾ ਰਿਪਲਾਈ ਵੀ ਕਰਦਾ ਹੁੰਦਾ ਆ ਮੈਂ, ਅਤੇ ਵੱਧ ਤੋਂ ਵੱਧ ਲਾਈਕ ਕਰੋ ਇਸ ਵੀਡੀਓ ਨੂੰ। ਜਿੰਨਾ ਤੁਸੀਂ ਲਾਈਕ ਕਰਦੇ ਹੋ ਇਸ ਵੀਡੀਓ ਨੂੰ, ਉਨਾ ਸਾਨੂੰ ਹੌਸਲਾ ਮਿਲਦਾ ਆ ਵਧੀਆ ਵਧੀਆ ਪ੍ਰੋਜੈਕਟ ਤੁਹਾਡੇ ਤੱਕ ਲਿਆਉਣ ਦਾ। ਅਤੇ ਆਪਣੇ ਇੰਸਟਾਗ੍ਰਾਮ ਪੇਜ ਨੂੰ ਜ਼ਰੂਰ ਫੋਲੋ ਕਰ ਲਓ, ਇੱਥੇ ਤੁਹਾਨੂੰ ਸ਼ੋਅ ਹੋ ਰਿਹਾ ਹੋਊਗਾ ਆਈਡੀ, ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਵੀ ਹੋਊਗਾ ਇੰਸਟਾਗ੍ਰਾਮ ਦਾ, ਉੱਥੋਂ ਜਾ ਕੇ ਤੁਸੀਂ ਇੰਸਟਾਗ੍ਰਾਮ ਨੂੰ ਆਪਣੇ ਅਕਾਊਂਟ ਨੂੰ ਫੋਲੋ ਜ਼ਰੂਰ ਕਰ ਲਓ। ਉੱਥੇ ਤੁਹਾਨੂੰ ਹਰ ਇੱਕ ਤਰ੍ਹਾਂ ਦੇ ਨਵੀਆਂ ਵੀਡੀਓਜ਼ ਦੇ ਅਪਡੇਟਸ ਮਿਲਦੇ ਰਹਿੰਦੇ ਨੇ, ਅਤੇ ਮੈਂ ਲਾਈਵ ਵੀ ਆਉਂਦਾ ਰਹਿੰਦਾ ਹਾਂ ਉੱਥੇ, ਅਤੇ ਉਸ ਨੂੰ ਜ਼ਰੂਰ ਜੁਆਇਨ ਕਰਿਓ, ਫੋਲੋ ਕਰਿਓ। ਅਤੇ ਆਪਣੇ ਚੈਨਲ 'ਤੇ ਜਿਹੜੇ ਵੀ ਯੂਜ਼ਰ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਲਾਲ ਬਟਨ ਨੂੰ ਪ੍ਰੈਸ ਕਰਕੇ, ਤਾਂ ਕਿ ਤੁਹਾਡੇ ਤੱਕ ਆਉਣ ਵਾਲੀਆਂ ਵੀਡੀਓਜ਼ ਦੀਆਂ ਨੋਟੀਫਿਕੇਸ਼ਨਾਂ ਟਾਈਮ ਸਿਰ ਪਹੁੰਚਦੀਆਂ ਰਹਿਣ। ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਵੀਡੀਓਜ਼ ਤੁਹਾਡੇ ਤੱਕ ਆਉਂਦੀਆਂ ਰਹਿਣ। ਅਤੇ ਜੇਕਰ ਤੁਸੀਂ ਸਾਡੀ ਇਹ ਵੀਡੀਓ ਫੇਸਬੁੱਕ 'ਤੇ ਦੇਖ ਰਹੇ ਹੋ ਤਾਂ ਆਪਣੇ ਫੇਸਬੁੱਕ ਪੇਜ ਨੂੰ ਵੀ ਲਾਈਕ, ਫੋਲੋ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਉੱਥੇ ਵੀ ਤੁਹਾਨੂੰ ਹਰ ਇੱਕ ਤਰ੍ਹਾਂ ਦੇ ਅਪਡੇਟਸ ਮਿਲਦੇ ਰਹਿਣ। ਸੋ ਮਿਲਦੇ ਹਾਂ ਹੁਣ ਅਗਲੇ ਸ਼ੁੱਕਰਵਾਰ ਨੂੰ ਐਪੀਸੋਡ 4 ਦੇ ਨਾਲ। ਬਹੁਤ ਘੈਂਟ ਆ ਕਿਸੇ ਨੂੰ। ਸਤਿ ਸ਼੍ਰੀ ਅਕਾਲ ਜੀ।
एहो हुंदा साडे वर्गे इश्क शुदाइयां दा अंजाम अखीर।